ਤੁਸੀਂ ਵੇਖ ਰਹੇ ਹੋ ਚਾਂਜਰ ਤੇ ਐਨ ਆਰ ਆਈ ਨਿਊਜ਼ ਬਲਟਨ ਲਾਓ ਪੇਜ ਨੇ ਕੁਝ ਖਬਰਾਂ ਵਰਲਡ ਤੋਂ ਯੂਕਰੇਨ ਯੁੱਧ ਦਾ ਦਾਇਰਾ ਬਦਨ ਦੇ ਡਰੋਨ NATO ਅਲਰਟ ਪੋਲੈਂਡ ਤੇ ਮਿਜ਼ਾਈਲ ਹਮਲੇ ਵਿੱਚ ਦੋ ਦੀ ਮੌਤ ਪੋਲੈਂਡ ਵਿੱਚ ਹੋਏ ਮਿਜ਼ਾਈਲ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਇਸ ਘਟਨਾ ਨੇ ਗਵਾਂਡੀ ਦੇਸ਼ਾਂ ਵਿੱਚ ਯੂਕਰੇਨ ਯੁੱਧ ਫੈਲਣ ਦਾ ਡਰ ਬ다 ਦਿੱਤਾ ਹੈ ਪੋਲੈਂਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਰਾਕਟ ਪੂਰਬੀ ਪੋਲੈਂਡ ਦੇ ਪ੍ਰੋਜ਼ਰਵਡੋ ਪਿੰਡ ਵਿੱਚ ਡਿੱਗਿਆ ਇਹ ਇਲਾਕਾ ਯੂਕਰੇਨ ਦੀ ਸਰਹੱਦ ਤੋਂ 6 ਕਿਲੋਮੀਟਰ ਦੂਰ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਅਨਾਜ ਸਕੌਨ ਵਾਲੇ ਕੇਂਦਰ ਤੇ ਹੋਇਆ ਪੋਲੈਂਡ ਦੇ ਰਾਸ਼ਟਰਪਤੀ ਅੰਦਰੇਜ ਉਡਾ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਮਿਜ਼ਾਇਲ ਕਿਸ ਨੇ ਲਾਂਚ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਮਿਜ਼ਾਇਲ ਨੂੰ ਰੂਸ ਵਿੱਚ ਬਣਾਏ ਜਾਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਪੋਲੈਂਡ ਦੇ ਵਿਦੇਸ਼ ਮੰਤਰੀ ਅਲੇ ਨੇ ਪਹਿਲਾਂ ਕਿਹਾ ਸੀ ਕਿ ਮਿਜ਼ਾਇਲ ਰੂਸ ਵਿੱਚ ਬਣੀ ਸੀ ਅਤੇ ਘਟਨਾ ਤੋਂ ਬਾਅਦ ਰਾਜਧਾਨੀ ਵਾਰਸਾ ਵਿੱਚ ਰੂਸੀ ਰਾਜਦੂਤ ਨੂੰ ਤਲਬ ਕੀਤਾ ਸੀ ਅਤੇ ਉਸ ਨੂੰ ਤੁਰੰਤ ਵਿਸਤ੍ਰਿਤ ਜਾਣਕਾਰੀ ਦੇਣ ਲਈ ਕਿਹਾ ਸੀ ਇਸ ਇਸ ਮਜ਼ਾਇਲ ਹਮਲੇ ਕਾਰਨ ਬਾਲੀ ਵਿੱਚ ਚੱਲ ਰਹੀ ਜੀ20 ਕਾਨਫਰੰਸ ਵਿੱਚ ਐਮਰਜੈਂਸੀ ਮੀਟਿੰਗ ਬੁલાਵਣੀ ਪਈ ਇਸ ਬੈਠਕ ਦੀ ਪ੍ਰਧਾਨਗੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਅਤੇ ਇਸ ਵਿੱਚ ਹੋਰ ਦੇਸ਼ਾਂ ਦੇ ਨਾਲ-ਨਾਲ ਪ੍ਰਮੁੱਖ ਪੱਛਮੀ ਸ਼ਕਤੀਆਂ ਨੇ ਹਿੱਸਾ ਲਿਆ ਲੋਬਤ ਦੇ ਹਾ ਕਲਿਕਾ ਵਰਬਲ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੇ ਗੁਜਰਾਤ ਹਿਮਾਚਲ ਦੇ ਬਣੇ ਤੋਹਫੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀ ਵਿੱਚ ਜੀ20 ਸਿਖਰ ਸੰਮੇਲਨ ਦੌਰਾਨ ਦੁਨੀਆ ਭਰ ਦੇ ਨੇਤਾਵਾਂ ਨੂੰ ਤੋਹਫੇ ਦੇਣ ਦੇ ਲਈ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀ ਖੁਸ਼ਹਾਲ ਵਿਰਾਸਤ ਦੀ ਨੁਮਾਇੰਦਗੀ ਕਰਨ ਵਾਲੀਆਂ ਕਲਾਕ੍ਰਿਤੀਆਂ ਅਤੇ ਰਵਾਇਤੀ ਵਸਤੂਆਂ ਦੀ ਚੋਣ ਕੀਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਕਾਂਗੜਾ ਦੇ ਲਗੋ ਚਿੱਤਰ ਪੇਟ ਕੀਤੇ ਜੋ ਸ਼ਿੰਗਾਰ ਰਸ ਨੂੰ ਦਰਸਾਉਂਦੇ ਹਨ ਉਹਨਾਂ ਬ੍ਰਿਟਿਸ਼ ਹਮ ਆਦਰਸ਼ੀ ਸੋਨਕ ਨੂੰ ਹੱਥ ਵਿੱਚ ਨਾਲ ਬਣਾਇਆ ਗੁਜਰਾਤੀ ਕਪੜਾ ਮਾਤਾ ਨੇ ਪਛੜੀ ਪੇਂਟ ਕੀਤਾ ਇਹ ਦੇਵੀ ਮਾਂ ਦੇ ਮੰਦਰਾਂ ਵਿੱਚ ਪੇਂਟ ਦਾ ਇੱਕ ਰੂਪ ਹੁੰਦਾ ਹੈ ਉਹਨਾਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਨੇਤਾ ਐਂਥਨੀ ਅਲਤਨੀਜ਼ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਗੁਜਰਾਤ ਦਾ ਛੋਟਾ ਨਾਗਪੁਰ ਇਲਾਕੇ ਦੇ ਗਠਵਾ ਕਲਾਕਾਰਾਂ ਵੱਲੋਂ ਬਣਾਈ ਜਾਣ ਵਾਲੀ ਰਵਾਇਤੀ ਜਨਜਾਤੀ ਲੋਕ ਚਿੱਤਰਕਲਾ ਪਿਥੋਰਾ ਤੋਹਫੇ ਵਜੋਂ ਦਿੱਤੀ ਸਪੇਨ ਦੇ ਪੀ ਐਮ ਪੌਡਰੋ ਸਾਂਚੇਜ਼ ਨੂੰ ਕਲਾਲ ਬਰਾਸ ਸੈਂਟ ਦਿੱਤਾ ਗਿਆ ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨੇ ਇਤਾਲਵੀ ਹਮ ਆਉਦਾ ਜਾਰਜੀਆ ਮੈਲੋਨੀ ਨੂੰ ਪਾਟਨ ਪਟੋਲਾ ਦੁਪੱਟਾ ਪੈਂਟ ਕੀਤਾ ਉਹਨਾਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਜਰਮਨੀ ਅਤੇ ਸਿੰਗਾਪੁਰ ਦੇ ਨੇਤਾਵਾਂ ਨੂੰ ਤੋਹਫੇ ਦੇ ਪਿਆਲੇ ਦਿੱਤੇ ਜੋ ਗੁਜਰਾਤ ਦੇ ਕੱਚ ਖੇਤਰ ਨਾਲ ਜੁੜੇ ਰਵਾਇਤੀ ਸ਼ਿਲਪ ਦਾ ਕੰਮ ਹੈ ਤਾਂ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਨੇਤਾਵਾਂ ਨੂੰ ਤੋਹਫੇ ਦੇਣ ਦੀ ਪ੍ਰਥਾ ਦੀ ਵਰਤੋਂ ਭਾਰਤ ਦੇ ਖੁਸ਼ਹਾਲ ਅਤੇ ਪ੍ਰਾਚਨ ਕਲਾਕ੍ਰਿਤੀ ਤੇ ਸ਼ਿਲਪ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਵਸਤੂਆਂ ਦੇ ਨਾਲ ਪੇਸ਼ ਕਰਨ ਲਈ ਕੀਤਾ ਹੈ ਲੋਕਾਂ ਦੇ ਹਨ ਅਗਲੀ ਖਬਰ ਵੱਲ ਬ੍ਰਿਟੇਨ ਅਤੇ ਭਾਰਤ ਦੀ ਨਵੀਂ ਵੀਜ਼ਾ ਨੀਤੀ ਦਾ ਉਦਯੋਗ ਵਿਦਿਆਰਥੀ ਸਮੂਹਾਂ ਨੇ ਕੀਤਾ ਸਵਾਗਤ ਯੂਕੇ ਦੇ ਪ੍ਰਧਾਨ ਮੰਤਰੀ ਰੇਸ਼ੀ ਸੋਨਕ ਦੁਆਰਾ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਨਿਊ ਯੂਕੋ ਇੰਡੀਆ ਯੋਗ ਪ੍ਰੋਫੈਸ਼ਨਲਸ ਵੀਜ਼ਾ ਯੋਜਨਾ ਨੂੰ ਯੂਕੇ ਵਿੱਚ ਉਦਯੋਗ ਅਤੇ ਵਿਦਿਆਰਥੀ ਸਮੂਹਾਂ ਦੁਆਰਾ ਇੱਕ ਵੱਡਾ ਕਦਮ ਮੰਨਿਆ ਗਿਆ ਹੈ ਇਹ ਸਕੀਮ ਅਗਲੇ ਸਾਲ ਦੇ ਸ਼ੁਰੂ ਤੋਂ ਸ਼ੁਰੂ ਹੋਵੇਗੀ ਅਤੇ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ 24 ਮਹੀਨਿਆਂ ਦੇ ਲਈ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਸਾਲਾਨਾ ਤਿੰਨ ਹਜ਼ਾਰ ਵਿਜੇ ਦੀ ਪੇਸ਼ਕਸ਼ ਕਰੇਗੀ ਭਾਰਤ ਵਿੱਚ ਬ੍ਰਿਟਿਸ਼ ਨਾਗਰਿਕਾਂ ਦੇ ਲਈ ਵੀ ਅਜਿਹਾ ਹੀ ਆਫਰ ਹੋਵੇਗਾ ਲੰਡਨ ਦੇ ਲਾਰਡ ਮੇਅਰ ਨੇ ਬਾਲੇ ਵਿੱਚ ਜੀ 20 ਸਿਖਰ ਸੰਮੇਲਨ ਤੋਂ ਇਲਾਵਾ ਇਸ ਸਬੰਧ ਵਿੱਚ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਹੋਰ ਖੇਤਰਾਂ ਵਿੱਚ ਵੀ ਵਟਾਂਦਰਾ ਵਧਾਉਣ ਦਾ ਸੱਦਾ ਦਿੱਤਾ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਨੇ ਨਮੀ ਸਕੀਮ ਨੂੰ ਦੋਵਾਂ ਦੇਸ਼ਾਂ ਦੇ ਨੌਜਵਾਨ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਮੌਕਾ ਕਰਾਰ ਦਿੱਤਾ ਅਤੇ ਪਿਛਲੇ ਸਾਲ ਯੂਕੇ ਇੰਡੀਆ ਮਾਈਗ੍ਰੇਸ਼ਨ ਐਂਡ ਮੋਬਿਲਟੀ ਪਾਰਟਨਰਸ਼ਿਪ ਦੀ ਮਜ਼ਬੂਤੀ ਦਾ ਸੰਕੇਤ ਦਿੱਤਾ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ ਯੂਕੇ ਯੂਕੇ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਲਈ ਆਸਾਨ ਪਹੁੰਚ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਨੇ ਵੀ ਇਸ ਕੋਸ਼ਿਨਾ ਦਾ ਸਵਾਗਤ ਕੀਤਾ